ਈ ਹੈਲਥ ਕੀ ਹੈ? ਕੀ ਤੁਹਾਨੂੰ ਕਦੇ ਆਪਣੇ ਜਾਂ ਆਪਣੇ ਪਰਿਵਾਰ ਦੇ ਸਿਹਤ ਦੇ ਖਿਆਲ ਰੱਖਣ ਲਈ ਮਦਦ ਦੀ ਲੋੜ ਪਈ ਹੈ? ਜਿਵੇਂ ਕਿ ਲੈਬ ਰਿਜ਼ਲਟ ਨੂੰ ਜਲਦੀ ਦੇਖਣਾ ਹੋਵੇ ਜਾਂ ਤੁਹਾਡੀ ਕਿਸ ਬਿਮਾਰੀ ਜਾਂ ਦਵਾਈਆਂ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ, ਜਾਂ ਸ਼ਾਇਦ ਤੁਸੀਂ ਕਸਰਤ ਸ਼ੁਰੂ ਕਰਨੀ ਹੋਵੇ ਪਰ ਤੁਹਾਨੂੰ ਇਹ ਪਤਾ ਨਹੀਂ ਕਿ ਸ਼ੁਰੂਆਤ ਕਿੱਥੋਂ ਕੀਤੀ ਜਾਵੇ। ਸਾਨੂੰ ਸਾਰਿਆਂ ਨੂੰ ਆਪਣੇ ਸਿਹਤ ਬਾਰੇ ਸਵਾਲ ਹੁੰਦੇ ਹਨ ਅਤੇ ਕਈ ਵਾਰ ਸਾਨੂੰ ਇਹਨਾਂ ਸਵਾਲਾਂ ਦੇ ਜਵਾਬਾਂ ਲਈ ਟੈਕਨੋਲੋਜੀ ਦੀ ਸਹਾਇਤਾ ਲੈਣੀ ਪੈਂਦੀ ਹੈ। ਟੈਕਨੋਲੋਜੀ ਸਾਡੀਆਂ ਲੋੜਾਂ ਹਾਸਲ ਕਰਨ ਵਿੱਚ ਮਦਦ ਕਰ ਸਕਦੀ ਹੈ। ਤੁਸੀਂ ਟੈਕਨੋਲੋਜੀ ਰਾਹੀਂ ਜ਼ਰੂਰ ਆਪਣੀ ਸਿਹਤ ਬਾਰੇ ਕੋਈ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕੀਤੀ ਹੋਵੇਗੀ ਜਾਂ ਆਪਣੇ ਦੋਸਤਾਂ ਜਾਂ ਪਰਿਵਾਰ ਵਾਲਿਆਂ ਨਾਲ ਕੋਈ ਗੱਲ ਕੀਤੀ ਹੋਵੇਗੀ। ਸ਼ਾਇਦ ਤੁਸੀਂ ਆਪਣੇ ਬੈਂਕਿੰਗ ਜਾਂ ਸਫ਼ਰ ਪਲਾਨ ਕਰਨ ਵਿੱਚ ਟੈਕਨੋਲੋਜੀ ਦੀ ਵਰਤੋਂ ਕੀਤੀ ਹੋਵੇਗੀ। ਠੀਕ ਇਸੇ ਤਰ੍ਹਾਂ ਹੀ ਤੁਸੀਂ ਟੈਕਨੋਲੋਜੀ ਦੀ ਸਹਾਇਤਾ ਨਾਲ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹੋ। ਇਸ ਨੂੰ ਹੀ ਈ ਹੈਲਥ ਕਹਿੰਦੇ ਹਨ। ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਸਿਹਤ ਦੀ ਸੰਭਾਲ ਵਿੱਚ ਟੈਕਨੋਲੋਜੀ ਅਨੇਕਾਂ ਤਰੀਕਿਆਂ ਨਾਲ ਮਦਦ ਕਰ ਸਕਦੀ ਹੈ। ਤੁਸੀਂ ਆਮ ਤੌਰ 'ਤੇ ਆਪਣੇ ਸਿਹਤ ਬਾਰੇ ਜਾਣਕਾਰੀ ਟੀਵੀ ਜਾਂ ਰੇਡੀਓ ਤੋਂ ਪ੍ਰਾਪਤ ਕਰਦੇ ਹੋਵੋਗੇ, ਪਰ ਤੁਸੀਂ ਇੰਟਰਨੈਟ ਦੇ ਰਾਹੀਂ ਸਿਹਤ ਨਾਲ ਜੁੜੇ ਕਿਸੇ ਵੀ ਟੌਪਿਕ ਬਾਰੇ ਜਾਂ ਕਿਸੇ ਰੋਗ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਤੁਸੀਂ ਆਪਣੇ ਟੈਸਟਾਂ ਦੇ ਨਤੀਜਿਆਂ ਦੇ ਨਾਲ ਨਾਲ ਆਪਣੇ ਫਿਟਨੈਸ ਦੀ ਜਾਣਕਾਰੀ ਦਾ ਹਿਸਾਬ ਇੱਕ ਐਪ ਰਾਹੀਂ ਰੱਖ ਸਕਦੇ ਹੋ। ਆਪਣੇ ਸਿਹਤ ਪ੍ਰਦਾਤਾ ਨਾਲ ਆਨਲਾਈਨ ਜੁੜ ਸਕਦੇ ਹੋ, ਮਰੀਜ਼ਾਂ ਨਾਲ ਸਹਿਯੋਗ ਗਰੁੱਪਾਂ ਵਿੱਚ ਭਾਗ ਲੈ ਸਕਦੇ ਹੋ ਅਤੇ ਆਪਣੀ ਸਿਹਤ ਦਾ ਰਿਕਾਰਡ ਵੀ ਦੇਖ ਸਕਦੇ ਹੋ। ਇਹ ਸਾਰਾ ਕੁਝ ਈ ਹੈਲਥ ਹੀ ਹੈ। ਈ ਹੈਲਥ ਤੇਜ਼, ਸੁਰੱਖਿਅਤ ਅਤੇ ਬਿਹਤਰ ਸਿਹਤ ਸੰਬੰਧੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਰੀਜ਼ਾਂ ਅਤੇ ਸਿਹਤ ਪ੍ਰਦਾਤਾਵਾਂ ਦੀ ਮਦਦ ਕਰਦਾ ਹੈ। ਈ ਹੈਲਥ ਨਾਲ ਸੰਬੰਧਿਤ ਹੋਰ ਸਾਧਨ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਾਰੇ BC ਵਿੱਚ ਉਪਲਬਧ ਹਨ। ਈ ਹੈਲਥ ਨੂੰ ਸੁਰੱਖਿਅਤ ਢੰਗ ਅਤੇ ਆਪਣੇ ਸਿਹਤ ਪ੍ਰਦਾਤਾ ਦੀ ਭਾਈਵਾਲੀ ਨਾਲ ਵਰਤਣ ਲਈ ਹੋਰ ਸਰੋਤ ਜਾਂ ਵਿਚਾਰਾਂ ਵਾਸਤੇ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ।